स्वागत है किसान वीरो तुहाडा अपने यूट्यूब चैनल टिल्लो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट है कि अपने यूट्यूब चैनल नूं सबसक्राइब कर लिओ ते नाल लग्या बैल आइकॉन का बटन जरूर प्रेस कर लिओ तां जो अपनी हर नवीं आउण वाली वीडियो का नोटिफिकेशन सब तो पहला तुहानूं मिल सके। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84 270 19 817। सो वीरो अज दी वीडियो विच दो एयर सेरां ते एक गरलैंडो ते एक पंजाब वाली जर्सी ते बाकी एच एफ दे नगीने नौ नाग इको करो फोर्स जिहड़ा प्रदीप दे करो वीडियो कवर करदे पए 7 तरीक नूं आपां। सत श्री अकाल भाई। सत श्री अकाल भाई। हां जी मेरा नाम एड्रेस बोलो जी एक बारी। नाम प्रदीप सिंह जी, पिंड लोहा खेड़ा, जिला संगरूर दे नौला मंडी दे मन के जिहड़ा अपना हरीगढ़ वाला टोल प्लाजा आउंदा ठीक है, उत्थों भी 4-5 किलोमीटर ते अपना पिंड। ते अपना नंबर बोलो जी। नंबर भी हैगा 95-308-0956। ਅੱਜ ਵੀਰੇ ਹੁੰਦੇ ਆਪਾਂ ਮੇਰੇ ਖਾਣ 12ਵੀਂ 13ਵੀਂ ਵੀਡੀਓ ਕਵਰ ਕਰ ਰਹੇ ਹਾਂ, ਵਧੀਆ ਰਿਸਪੌਂਸ ਮਿਲਦਾ ਰਹੇ। ਹਾਂ ਵੀਰੇ ਹਾਂ, ਮਤਲਬ ਜਿਹੜਾ ਖਰਚਾ ਪਹਿਲਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ, ਹੁਣ ਦੇਖੋ ਵੀ ਜਿੱਦਾਂ ਵੀ ਵੀਡੀਓ ਦੇ ਵਿੱਚ ਬਾਈ ਆਪਾਂ ਨੂੰ ਫੋਨ ਫਾਨ ਕਰਦੇ ਨੇ ਹਨਾ ਠੀਕ ਹੈ ਜੀ, ਵੀ ਬੰਦਾ ਵਧੀਆ ਬੰਦਾ ਯਾਰ, ਹਰੇਕ ਸਮਝਦਾਰ, ਕਿਉਂਕਿ ਨਾਰਮਲ ਤਾਂ ਨਾਰਮਲ ਗਾਂ ਵੀਰੇ 50-55 ਹਜ਼ਾਰ ਤੋਂ ਘੱਟ ਕੋਈ ਗਾਂ ਨਹੀਂ ਹੁੰਦੀ ਹੈ ਨਾ ਠੀਕ ਹੈ। ਹੁਣ ਅਗਲਾ ਹਰ ਇੱਕ ਬੰਦਾ ਕਹਿੰਦਾ ਜੀ ਆਪਾਂ ਬਰੀਡ ਲਈਏ, ਜਿੱਦਾਂ ਹੁਣ ਵਿੱਚ ਬਾਈਆਂ ਨੇ ਮੈਨੂੰ ਫੋਨ ਕੀਤਾ ਸੀ ਡਿਮਾਂਡ ਕਰੀ ਕਹਿੰਦਾ 20,000 ਫਲੂਣਾ ਬੱਚੀਆਂ ਲਿਆ ਕਰੋ ਵੀ, ਮੈਂ ਆਪਣੇ ਕੋਲ ਦੋਨੀਆਂ ਬੱਚੀਆਂ ਵੀ ਹੈਗੀਆਂ ਨੇ ਠੀਕ ਹੈ। ਅੱਜ ਹੈ ਗਿਆ 9 ਨਗ ਸੇਲ ਆਪਾਂ 10 ਨਹੀਂ ਜੀ, ਇੱਕ ਹੀਫਰਾ ਫਾਰਮ ਚੋਂ ਲਈ ਸੀ, ਇੱਕ ਬੰਦੇ ਹੀਫਰ ਬਾਰੇ ਵੀ ਫੋਨ ਕਰੇ ਕਹਿੰਦਾ ਜੀ ਹੀਫਰ ਮਿਲੇ ਵੀ ਹੀਫਰ ਵੀ ਦੱਸ ਦਿਆ ਕਰੋ ਠੀਕ ਹੈ ਜੀ। ਹਾਂ 9 ਕੁ ਮਹੀਨੇ ਦੀ ਬੱਚੀ ਬਹੁਤ ਵਧੀਆ ਵਧੀਆ ਫਾਰਮ ਦੀ। ਸੋ ਵੀਰੇ ਹੀਫਰ ਅੱਗੇ ਐਂਡ ਦੇਖ ਲੈ, ਪਹਿਲੇ ਨੰਬਰ ਸਟਾਰਟਿੰਗ ਕਰਦੇ ਆ ਆਪਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਰੂਟੀਨ ਦੇ ਵਿੱਚ ਘੁੰਮਦੀ ਫਿਰਦੀ ਜਰਸੀ ਦੀ। ਵੀਰੇ ਕਿਹੜਾ ਸੋਸ ਹੁੰਦੀ ਹੈ ਪੰਜਾਬ ਵਾਲੀ ਜਰਸੀ? ਵੀਰੇ ਸੂਆ ਇਹ ਸੂਈਆ ਆਮ ਤੌਰ ਤੇ ਦੇਖ ਵੀਰੇ ਆਪਾਂ ਹਰ ਰੋਜ਼ ਜਰਸੀ ਆਪਾਂ ਹੀ ਵੇਚਦੇ ਆ, ਜਾਂ ਤਾਂ ਤੁਸੀਂ ਉਸ ਦਿਨ ਵੀਡੀਓ ਬਣਾ ਕੇ ਗਏ ਸੀ ਮੇਰੀ ਕੱਚੀ ਜਰਸੀ ਦੀ, ਮੰਨ ਕੇ ਬਿਲਕੁਲ ਉਹਦੀ ਡਿਟੋ ਕਾਪੀ ਆ, ਪੂਰਾ ਚੌੜੀ ਚੂੜੀ ਉੱਪਰੋਂ ਪਿੱਠ ਪੁੜੇ ਦੀ ਥਣ ਥਣ ਬਹੁਤ ਸੋਹਣਾ ਲੱਗਾ। ਬਾਕੀ ਵੀਰੇ ਵੱਡੀ ਗੱਲ ਇਹ ਆ ਵੀ ਸਟੈਚਡ ਸੋਰ ਥਣ ਹਵਾਨਾ ਦੇਖ ਸਕਦਾ, ਸੂਈ ਕਿੱਥੇ ਆਈ ਇਹ? ਇਹ ਵੀਰੇ ਪਰਸੋਂ ਸੂਈ ਆ, ਪਲੂਣ ਦਾ 24 ਕਿਲੋ ਦੁੱਧ ਦਿੱਤਾ ਮੰਗ ਰਹੇ ਦੀ ਵੱਛੀ ਆ, ਤੇ ਵੀ ਬਾਕੀ ਇਹ ਆ ਵੀ ਨਾਰਮਲ ਵਧੀਆ ਕੇਅਰ ਵਾਲਾ ਬੰਦਾ ਹੋਇਆ ਵੀ 25+ ਤੇ 20 ਤੋਂ ਅੰਦਰ ਦੁੱਧ ਨਾਰਮਲ ਦੇ ਚੱਲੂਗੀ। 25 ਦਾ ਬਾਪ ਗਰਮੀ ਵਿੱਚ ਵੀ ਆਰਾਮ ਦੇ ਦੋਗੇ? ਆਰਾਮ। ਬਾਕੀ ਵੀਰੇ ਹਾਈ ਬਹੁਤ ਵਧੀਆ ਚੀਜ਼ ਆ, ਥਣ ਥਣ ਹੋਰ ਘਰੇਲੂ ਚਵਾਈ ਤੋਂ ਆਈ ਹੋਈ ਹੈ। ਸਿਰ ਪਿੱਛੇ ਜਰਸੀ ਆ ਦੇਖ ਸਕਦੇ ਹੋ, ਪੰਜਾਬ ਵਾਲੀ ਜਰਸੀ ਪਿੱਛੇ ਪੰਜਾਬ ਵਾਲੀ ਜਰਸੀ ਹਿਫਰ ਆ, ਤੇ ਬਾਕੀ ਠੰਡੀ ਵਗੈਰਾ ਬਹੁਤ ਆ, ਪਿਓਰ ਜਰਸੀ ਜਮਾ ਥਣ ਪੂਰਾ ਮੁੱਠੀ ਵਾਲਾ ਜਮਾ ਦੇਖ ਸਕਦੇ ਹੋ, ਮੁੱਠੀ ਦੇ ਵਿੱਚ ਵੱਡਾ ਹੀ ਆ ਮੁੱਠੀ ਤੋਂ। ਤੇ ਵੀਰੇ ਦੁੱਧ ਹੁਣ ਜਿਹੜਾ ਕਿੰਨਾ ਚੋਨੇ ਆ ਜਿਹੜਾ ਦੁੱਧ ਵੀਰੇ ਦੇਖ ਆਪਣੇ ਕੋਲੇ ਆਈ ਹੈ ਵੀਰੇ ਕੱਲ ਇਹ ਠੀਕ ਹੈ, ਹੁਣ ਆਪਾਂ ਕਹਿੰਦੇ ਵੀ ਬਾਈ ਥਲੇ 25 ਕਿਲੋ ਤਿਆਰ ਆ, ਬੌਲੀ ਹੈ ਵੀਰੇ ਰਾਤ ਮੰਨ ਕੇ ਵੀ ਸਵੇਰ ਤਾਂ ਕੱਢਦਾ ਹੀ 10 ਕਿਲੋ ਬੌਲਾ ਠੀਕ ਹੈ, ਰਾਤ ਘੱਟ ਕੜੇ ਅੱਜ ਵੀ ਆਪਾਂ ਕੁਝ ਛੱਡਤਾ ਸੀਗਾ ਵੀ ਤੈਨੂੰ ਕਦੀ ਆਦੇ ਹੁਣ ਜਗਾਲੀ ਜਗੂਲੀ ਵਧੀਆ ਕਰਦਾ ਜਾਨਵਰ ਵੀ, ਕਈ ਵਾਰ ਹੈ ਨਾ ਬਹੁਤ ਬਾਈ ਜਿੱਦਾਂ ਹੁਣ ਫੋਨ ਤੇ ਵੀਡੀਓ ਤੋਂ ਬਾਅਦ ਮੰਨ ਕੇ ਸੇਲ ਕਰ ਦਿੰਦੇ ਆ ਵੀ ਅੱਗੇ ਵੀ ਅਗਲੇ ਦਾ ਨੁਕਸਾਨ ਨਾ ਹੋਵੇ ਹੈ ਨਾ ਠੀਕ ਹੈ, ਵੀ ਜਾਨਵਰ ਉਹ ਨਹੀਂ ਮੰਨਦਾ ਸਟ੍ਰੈਥ ਨਹੀਂ ਮੰਨਦਾ ਹੈਗਾ। ਤੇ ਮੁੱਲ ਇਹਦਾ ਕੀ ਹੈ? ਮੁੱਲ ਬਾਈ ਜਿੱਦਾਂ ਵੀ ਰੇਟ ਕਰਵਾਈ ਜਾਣਾ ਚਾਹੇ ਇਹਦਾ 90,000 ਕਰ ਲਈਏ, ਇਹ ਆਪਾਂ ਬੱਚੀ 75,000 ਦੀ ਦਿੰਦੇ ਲੈ ਚਲੋ ਬਾਹਰ। ਸੋ ਵੀਰੋ 75,000 ਇਹਦੀ ਪੰਜਾਬ ਵਾਲੀ ਜਰਸੀ ਦੀ ਡਿਮਾਂਡ ਕੀਤੀ ਗਈ ਆ, ਤਾਜ਼ੀ ਸੂਈ ਹੋਈ ਆ, ਪਰਸੋਂ ਦੀ ਜੇਰ ਵਗੈਰਾ ਸਾਰਾ ਕੁਝ ਏ ਟੂ ਜ਼ੈਡ ਕੰਮ ਡਨ ਹੈਗਾ। ਆ ਥਣ ਹਵਾਨਾ ਦੇਖ ਸਕਦੇ, ਪੂਰਾ ਸੋਹਣਾ ਤੇ ਸਾਫ਼ ਸੁਥਰਾ ਥਣ ਹਵਾਨਾ, ਤੇ ਬਾਕੀ ਤੁਸੀਂ ਖੜ੍ਹ ਨਹੀਂ ਦੇਖ ਸਕਦੇ ਜਿਸ ਤਰ੍ਹਾਂ ਮੋਦੀ ਸਾਹਿਬ ਦੀ ਖੜ੍ਹ ਨਹੀਂ ਗਾ, ਬਿਲਕੁਲ ਉਸ ਤਰ੍ਹਾਂ ਡਿਟੋ ਕਾਪੀ ਦੇ ਵਿੱਚ ਆ ਗਈ ਇਹ। ਹਾਈਟ ਵਗੈਰਾ ਬਰੀਡ ਕੁਆਲਿਟੀ ਦੇਖ ਕੇ ਚੈੱਕ ਕਰ ਸਕਦੇ ਹੋ, ਜਦੋਂ ਪੰਜਾਬ ਵਾਲੀ ਪਿਓਰ ਜਰਸੀ ਆ ਜੇ ਤਾਂ ਆਪਾਂ ਅੱਗੇ ਵੀ ਗੱਲ ਕੀਤੀ ਹੈਗੀ, ਉਹ ਭਾਅ ਫਿਰ 70-75 ਦਾ ਵੱਧ ਹੋ ਜਾਂਦਾ ਹੁੰਦਾ, ਜਿਸ ਤਰ੍ਹਾਂ 35-40-45-50 ਉਹ ਆਮ ਰੂਟੀਨ ਦੇ ਵਿੱਚ ਹੁੰਦੀਆਂ, ਉਸ ਤਰ੍ਹਾਂ ਦੇ ਜਿਹੋ ਜਿਹਾ ਜਿਹਦੇ ਚਾਹ ਦੇ ਵਿੱਚ ਆਪਾਂ ਮਿੱਠਾ ਪਾਵਾਂਗੇ ਉਹਦਾ ਦਾ ਸਵਾਦ ਹੀ ਆਉਣਾ। ਇਹਨੇ ਆਰਾਮ ਨਾਲ ਹਕੀਕਤ ਦੇ ਵਿੱਚ 25 ਪਾਰ ਦੁੱਧ ਪਾਉਣਾ ਹੀ ਪਾਉਣਾ ਗਾ। ਬਰੀਡ ਕੁਆਲਿਟੀ ਪੂਰੀ ਫੁੱਲ ਆ, ਅਤੇ ਮੇਨ ਪੁਆਇੰਟ ਪਿੱਛੇ ਵੀ ਬੱਚੀ ਜਮਾਂ ਇੱਕ ਜਰਸੀ ਨਹੀਂ 2 ਜਰਸੀਆਂ ਤੁਹਾਡੇ ਘਰੇ ਜਾਣਗੀਆਂ, ਮੁੱਲ 75,000 ਗੁਜਾਇਸ਼ ਇਹਦੇ ਵਿੱਚੋਂ ਹੋ ਜੂਗੀ। ਅੱਗੇ ਆਪਾਂ ਗੱਲ ਕਰੀਏ ਗਰਲੈਂਡੋ ਦੀ। ਸੋ ਵੀਰੋ ਅੱਜ 700 ਤੋਂ ਅਬੱਬ ਮੈਂ ਵੀਡੀਓ ਕਵਰ ਕਰ ਚੁੱਕਿਆ, ਅੱਜ ਦੂਜੀ ਵੀਡੀਓ ਗਰਲੈਂਡੋ ਦੀ ਕਵਰ ਕਰਨ ਲੱਗਿਆ, 1.5 ਸਾਲ ਤੋਂ ਮੈਂ ਘੁੰਮਦਾ ਪਿਆ ਇਸ ਫੀਲਡ ਦੇ ਵਿੱਚ। ਤੇ ਵੀਰੇ ਕਿਹੜਾ ਸੂਆ ਸੁਣਦੀ ਹੈ ਜੀ? ਇਹ ਬਾਈ ਜੀ ਦੂਸਰਾ ਸੂਆ ਸੁਣਦੀ ਆ, ਇਹਦੇ ਆਪਾਂ ਨੂੰ ਦਿਨ ਦੱਸਿਆ ਉਹਨਾਂ ਨੇ 8 ਦਿਨ ਸੂਣ ਚ ਪਿਆ। ਹਾਂ ਵਧੀਆ ਮਾਲਕ ਉਹਨਾਂ ਨੇ ਦੱਸਿਆ ਜੀ, ਕਹਿੰਦੇ ਵੀ ਅਸੀਂ ਨਾ ਉਦੋਂ ਵੀ ਪਹਿਲਾਂ ਇਹਦਾ ਸੀਮਨ ਮੰਗਵਾਇਆ ਸੀ ਕਿਸ ਤੋਂ ਅੱਗੇ ਦੀ ਅੱਗੇ ਬਹੁਤ ਜ਼ਿਆਦਾ ਐਚਐਫ ਗਾਂ ਦੇ, ਮਾਨੀ ਕਿ ਉਹਨਾਂ ਕੋਲ ਕ੍ਰਾਸ ਗਾਂ ਸੀਗੀ 25-30 ਕਿਲੋ ਵਾਲੀ ਠੀਕ ਹੈ, ਉਹਦੇ ਲਗਾਇਆ ਸੀ, ਉਹ ਕਹਿੰਦੇ ਵੀ 28-29 ਕਿਲੋ ਦਾ ਸੀ ਰੂਟੀਨ 'ਚ ਇਹਦਾ ਚੋਇਆ। ਬਾਕੀ ਹੋਰ ਗੱਲ ਆ ਵੀਰੇ, ਐਚਐਫ ਨਾਲੋਂ ਜ਼ਿਆਦਾ ਖਾਸੀਅਤ ਇਹ ਆ ਵੀ ਬਹੁਤ ਜ਼ਿਆਦਾ ਸ਼ਾਂਤ ਠੰਡੇ ਸੁਭਾਅ ਦੀ ਆ, ਦੂਰ ਦੂਰ ਥਣ ਲੱਗਿਆ ਹੋਇਆ ਠੀਕ ਹੈ, ਸਾਰੇ ਦੇਖ ਲਓ ਵੀ A to Z ਜਿੰਨੇ ਵੀ ਇਹਦੇ ਦੇਖੋ ਗੁਣ ਹੁੰਦੇ ਆ ਪਿੱਛੇ ਦੇਖ ਲਓ ਸਾਰੇ ਕੋਲ ਦੇ, ਪੂਰਾ ਬਹੁਤ ਸੋਹਣਾ ਅੰਡਰ ਕੁਆਲਿਟੀ ਜਿੰਨੀ। ਸੋ ਵੀਰੋ ਬ੍ਰਾਜ਼ਿਲ ਦੀ ਬਰੀਡ ਆ ਗਈ ਇਹ ਆਪਣੀ ਗਰਲੈਂਡੋ, ਤੇ ਬਾਕੀ ਤੁਸੀਂ ਥੱਲੇ ਨਿਸ਼ਾਨ ਵਗੈਰਾ ਤੇ ਬਾਕੀ ਗਲੇ ਦੇ ਨਿਸ਼ਾਨ ਵਗੈਰਾ ਚੈੱਕ ਕਰ ਸਕਦੇ ਹੋ, ਇਹ ਗਰਲੈਂਡੋ ਦੇ ਨਿਸ਼ਾਨੀਆਂ ਹੁੰਦੇ ਤੇ ਬਾਕੀ ਬਾਡੀ ਵੇਟ ਚੰਗਾ ਹੁੰਦੇ ਇਹਦੇ 'ਚ, ਤੇ ਦੁੱਧ ਦੀ ਫੈਟ ਵੀ ਚੰਗੀ ਹੁੰਦੀ ਇਹਦੇ ਵਿੱਚ। ਫੈਟ ਵੀਰੇ ਤੁਹਾਡੇ ਹਿਸਾਬ ਨਾਲ ਕਿੰਨੀ ਹੁੰਦੀ ਇਹਨਾਂ ਦੀ? ਫੈਟ ਵੀਰੇ ਯਾਰ ਆਪਾਂ ਕਿਹੜਾ ਚੋਹੀ ਕੇ ਦੇਖਿਆ ਨੇ, ਬਾਕੀ ਜਿਹੜਾ ਉਹਨਾਂ ਨੇ ਦੱਸਿਆ ਉਹ ਗੱਲ ਇਹ ਦੱਸਿਆ ਕਹਿੰਦੇ ਵੀ ਜਿੱਦਾਂ ਵੀ ਮੱਝ ਦਾ ਦੁੱਧ ਆ ਠੀਕ ਹੈ ਵੀ ਆਪਾਂ ਪੀਂਦੇ ਆ, ਉਹਨਾਂ ਦੇ ਘਰੇ ਨਾ ਵੀ ਮੰਨ ਕੇ 2 HF ਸੀਗੀਆਂ,
एक बछी भी उन्होंने रख ली, मैं उन्होंने कहा सानू नाल ही दे दो बछी पहले सुई दे बछी हमारी। हाँ पिछली बार ओ भी इन्होंने वो कराया सी, वो कहना भी यार असीं बछी रखांगे, मान लो तां इदू प्योर हो जावां ओ दा भी। हाँ इदू प्योर ठीक है सुबर ये मान के चलो। तो डिमांड इहदी की करदे आ? डिमांड भाई आप उदा का मंगना नहीं, डेढ़ मंगते हैं कुछ भी मान 80,000 रुपए की सेल कर दें, बाकी गुजायश हो जाओ गुजायश भी मान तुम हो ज्यादा फर्क नहीं। सुबर 80,000 के जिस तरह इन्हें दुध पाना गा मझा वर्गा 1.5 लाख रुपये की मझ की यह कॉपी करूगी, जमा 1.5 लाख रुपया मझ से ला लिया 80,000 की गरलैंडो खरीद ली एक बराबर आ जावा। आ देख सकते थान हवाना दो दिन वाले सून च बाकी है, ये सॉरी 8-7 दिन सून च बाकी आ, दूजा सूआ यह सूंदी पी आ थान हवाना ब्रीड क्वालिटी फेस क्वालिटी देख के चेक करो, तो हाइट वगैरह पूरी उच्ची लंबी कद काठ वाली जान वाली बैड आ वी गरलैंडो हवाना देखो पूरा सोहना साफ सुथरा। हाँ जी भाई होर गरलैंड बारे की कहना चाहोगे जी? बाकी मेरे बहुत शांत बहुत है यार, ठीक है जो मैं नहीं कोई मन के आइडिया भी नहीं। बाकी सो भीरो हाइट वगैरह देख सकते हो कद काठ बहुत है भाई, बहुत इधर ला थाने उधर भी नींदा ओदी शेर नु इधर ला उधर भी नींदा इना पीड़ी सुबह थान देख सकते हो जमा दूसरी साइड थान दिखाई नहीं दिंदा वेदे विच दूर दूर लगा देखो पूरा जमा क्या पता पूरा मुट्ठी वाला थान लगया है जमा एक तरह की 1.5 लाख वाली मझ जे मोहरा खरीद लिया आपां तां उसनु 80,000 च गरलैंड दुध उदू याद है पादो भीरे 25-27 तो पार आराम ना भीरे यार मज तेज होगी थोड़ी फुल तेज मज होगी हूं जानवर लिखा है अगे आप गल करिए एयर शहर आ गई दो फेर इस 15 दिन सून च बाकी सूआ केड़ा सूत ला लीए सूत भी लगे सीधा जाऊ जमा हवाना वगैरा देख के चेक कर लो थोड़ी कच्चे किन्ने दिन दस 15 दिन बहुत चिप कटे हो जाए जो व्यापार काम हो गए 10-12 नाग होंगे व्यापारी भीर ने भी खिच होंगे बेचन जा के सेल आउट करके क्योंकि सर्कल घूमता रहे तो वधिया रहिंदा हुंदा। आ देख सकदे तीजे नंबर ते फुल ब्रीड दे विच एयर शहर दूसरा सूआ सूंदी पई आ 15-17 दिन इहदे सूण च बाकी आ 25 तों वध दुध पा देना ते गर्मी नाल कोई चक्कर नहीं गर्मी एडजस्ट कर लैंदे हुंदे आ इह किसी ने तैयार करके सेल भी करनी तां भी मन के 90,000 रुपए दी बछी बिकू है मन तैयार हो गई ठीक है। सो व्यापार दा काम हुंदा रूटीन दे विच पशु आउंदा जांदा रहिंदा हैगा ते बाकी ब्रीड क्वालिटी देख लो तुसीं वीडियो अपनी लंबी थोड़ी जरूर होगी कल्ली कल्ली बारे डिटेल नाल देवांगे जदों आपां क्योंकि एंड तक लंबे जरूर हो जाना प्रोग्राम ने क्योंकि पहले 4 नगीने ही 4 कवर किए नगीने दे पर टाइम तो थोड़ा लगता ही आ। ते चौथे नंबर बारे गल करिए जी ये भी एयर शेयर आ वीरे ये किहड़ा सूआ जी ये भी दूसरा सूआ सूगी भाई दूसरा सूआ ये दिन किने के पा दो इन्हें दुध दिता भाई 23 किलो पहले ने हाँ भाई एवं आप कहते भाई 30 किलो दिता वह की फायदा जिन्ना अपने को मालिका ने दसिया उन्न ही आ बाकी ये भी शांत बहुत आए भी 10-12 दिन हले पेंडिंग ने सुबह 10-12 दिन पेंडिंग हवाना देख सकते हो क्या बात है जमा बहुत ही ज्यादा सोहना हवाना चारे थाने गैप से निखण में लगे हुए पूरी फुल क्वालिटी दे विचार मेरे थाना थोड़ा एक नंबर ने गा मतलब कोई नहीं कई बार कोई जानवर साइड काटदा कोई किदा बिल्कुल बाकी जो व्यापार ले पशु आंदे दा खिच वगैरह करके ले भाई तुहानू पता पा यार कटवर हफ्ते दी 40 35 40 गावा पा सेल करदी करदे ठीक है जी फेस क्वालिटी देख लो जी सुबह चौथे नंबर ते एयर शेयर फेस क्वालिटी ब्रीड क्वालिटी देख के चेक करो तुसी। हां जी वीर डिमांड इहदी की है डिमांड भाई आपां दे दांगे 67,000 67,000 ਦੀ ਮਾਨਤਾਂ ਹੋ ਜਾਊਗਾ ਸੋ ਵੀਰ 67,000 ਦੇ ਵਿੱਚ ਦੂਜਾ ਸੂਆ ਇਹ ਵੀ ਐਰ ਸਰ ਤੇ ਮਿਲਕ ਕਪੈਸਿਟੀ 25 ਤੋਂ ਇਹਦੀ ਵੀ ਆ ਬਾਬਾ ਗਈ ਬਰੀਡ ਕੁਆਲਿਟੀ ਪੂਰੀ ਫੁੱਲ ਚੰਗੀ ਆ ਸੋਹਣੀ ਸੁਣਕੀ 10-12 ਦਿਨ ਹਲੇ ਪੈਂਡਿੰਗ ਆ ਸੂਨ ਦੇ ਵਿੱਚ ਚੌਥੇ ਨੰਬਰ ਦੇ ਵੀ ਐਰ ਸਰ ਬਰੀਡ ਦੇ ਵਿੱਚ ਬਹੁਤ ਹੀ ਚੰਗੇ ਨਗੀਨੇ ਤੋਂ ਨਗੀਨੇ ਟੌਪ ਤੋਂ ਟੌਪ ਵੀਰ ਕੱਢ ਕੇ ਲੈ ਕੇ ਆਏ ਆ ਵੀਡੀਓ ਥੋੜੀ ਪਿੱਛੋਂ ਵੱਧ ਥੋੜੀ ਮੁੰਗੀ ਹਾਂਜੀ ਵੀਰੇ 5ਵੇਂ ਨੰਬਰ ਤੇ ਜਿਹੜੀ ਆਪਾਂ ਕਵਰ ਕਰਦੇ ਪਏ ਐਚਐਫ ਦੇ ਵਿੱਚ ਇਹ ਕੀ ਡਿਟੇਲ ਆ ਕਿਹੜਾ ਸੂਆ ਇਹਨੇ ਬਾਈ ਜੀ ਦੁੱਗ ਦੇ ਦੰਦ ਚੱਕੇ ਆ ਦੁੱਗ ਦੇ ਹਲੇ ਜਾਨ ਕਿੰਨੇ ਹੋ ਗਏ ਸੂਈ ਨੂੰ ਇਹ ਬਾਈ ਸੂਈ ਸੀ ਕੱਲ ਸਵੇਰ ਬੱਚਾ ਕੀ ਆ ਮਗਰ ਬੱਚਾ ਵੀਰੇ ਇਹਦੇ
ਪਿੱਛੇ ਦੇ ਬੱਚਾ ਨਾਲ ਅੰਡਰ ਕੁਆਲਿਟੀ ਬਹੁਤ ਜ਼ਿਆਦਾ ਬਾਈ ਆ ਹੁਣ ਆਪਾਂ ਦੇਖ ਮੂਰੇ ਬੱਚੀ ਬੰਨ ਬੱਚਾ ਬੰਨਤਾ ਨਾਲ ਦੀ ਨਾਲ ਪਾਸਮੇ ਜੀ ਪੂਰੇ ਠੋਸ ਅੰਡਰ ਕੁਆਲਿਟੀ ਵੀਰੇ ਉਨੀ ਅੱਗੇ ਦਾ ਹਵਾਨਾ ਉਨੀ ਪਿੱਛੇ ਦਾ ਸੂਰ ਹਵਾਨਾ ਦੇਖ ਲਓ ਜਮਾ ਕਿਆ ਬਾਤ ਆ ਪੂਰਾ ਸੋਹਣਾ ਤੇ ਸਾਫ ਸੁਥਰਾ ਹਵਾਨਾ ਹੈਗਾ ਕਿਆ ਬਾਤ ਆ ਫੁੱਲ ਫੁੱਲ ਬੀਡਿੰਗ ਦੇ ਵਿੱਚ ਇਹ ਬੈਠ ਹੈਗੀ ਟੁੱਕ ਦੇ ਨੰਦ ਚੱਕੇ ਹਾਈਟ ਦੇਖ ਲਓ ਬਈ ਸੈਕਿੰਡ ਟਾਈਮਰ ਵਾਲੀ ਜਿੰਨੀ ਹਾਈਟ ਹੈ ਜੀ ਤੇ ਬੋਲਾ ਕਿੰਨਾ ਝੋਨੇ ਜਿਹੜਾ ਝੋਨੇ ਇਹਦਾ ਹਲੇ ਬੋਲਾ ਵੀ ਕੱਢਿਆ ਸਵੇਰੇ 9 ਕਿਲੋ 9 ਕਿਲੋ ਬੋਲਾ ਮੰਨ ਲੈ ਹੈਗਾ 15 17 ਦਾ ਬੱਬਾ ਹਾਂ ਤੇ ਇਹਦਾ ਮੁੱਲ ਇਹ ਦੇਵਾਂਗੇ 72000 ਦੀ ਵੀਰੇ ਜਸਟ ਨੂੰ ਸੋਬਰ 72000 ਦੇ ਵਿੱਚ ਪੰਜਵੇਂ ਨੰਬਰ ਤੇ ਐਚਐਫ ਦੇ ਵਿੱਚ ਦੋ ਪੇ ਦੰਦ ਕਰਦੀ ਹੈ ਬਈ ਅੰਡਰ ਕੁਆਲਿਟੀ ਬਹੁਤ ਚੰਗੀ ਹੈ ਇਹਨਾਂ ਬਤੌਰ ਕੇ ਦਿਖਾਉਣਾ ਕਿ ਨਹੀਂ ਦਿਖਾ ਦੇਣੀ ਹਾਂਜੀ 6ਵੇਂ ਨੰਬਰ ਤੇ ਬਲੈਕ ਕਲਰ ਦੇਖਦੇ ਵੀ ਆਪਾਂ ਹਾਂ ਬਈ ਇਹ ਨੇ ਮੰਨ ਕੇ 31 32 ਕਿਲੋ ਦਾ ਦਿੱਤਾਗਾ ਥੋੜੇ ਜਰਸੀ ਤੰਗ ਜਾ ਗਈ ਨੇ ਹਾਂ ਥੋੜਾ ਇਹੋ ਚ ਮੰਨ ਕੇ ਕ੍ਰਾਸ ਚ ਥੋੜੀ ਜੀ ਠੀਕ ਹੈ ਜਦੋਂ ਮੁਰੇ ਗਰਮੀ ਦਾ ਸੀਜ਼ਨ ਉਹ ਕੰਮ ਦੇ ਲਈ ਵਧੀਆ ਜੀ ਦੂਸਰਾ ਸੁਬਕ ਤੀਸਰਾ ਨਹੀਂ ਦੂਸਰਾ ਬਈ ਕਿਹ ਦਿਨ ਲੈ ਜੂ ਨੈਟ ਜੀ ਨੈਟ ਬਈ ਇਹਦੇ ਰਹਿੰਦੇ ਨੇ ਹਲੇ 13 ਦਿਨ 13 ਦਿਨ 32 ਕਿਲੋ ਤੋਂ ਦਿੱਤਾ ਹੋਇਆ ਨੇ ਹਾਈਟ ਹੂਟ ਦੇਖ ਲਓ ਬੋਡੀ weight ਬਹੁਤ ਜ਼ਿਆਦਾ ਇਹਦਾ ਪਾ ਦੂ 34 35 ਆਰਾਮ ਨਾਲ ਦੇ ਦੂ ਸਵੇਰ 34 35 ਤੇ ਪਾ ਦੂ ਬਾਕੀ ਬੋਡੀ weight ਦੇਖੋ ਤੁਸੀਂ ਪਿੱਠ ਪੁੜੇ ਦੀ ਬੰਤਰ ਥਣ ਬਹੁਤ ਚੰਗਾ ਲੱਗਿਆ ਵਾ ਜਰਸੀ ਦੇ ਅੰਗ ਚ ਆ ਗਈ ਤਾਂ ਫੈਟ ਵਗੈਰਾ ਵੀ ਥੋੜੀ 2 ਪੁਆਇੰਟ ਵੱਧ ਜਾਂਦੀ ਹੁੰਦੀ ਆ ਤੇ ਹਵਾਨਾ ਦੇਖੋ ਤੁਸੀਂ ਬਹੁਤ ਹੀ ਸੋਹਣਾ ਤੇ ਹਲੇ ਥੋੜੀ ਕੱਚੀ ਆ ਗਈ ਜਿੱਦੇ ਜਿਸ ਤਰ੍ਹਾਂ ਮੰਨ ਕੇ ਚਲ ਦੁਬਾਰਾ ਵੀਡੀਓ ਕਵਰ ਕਰਨੇ ਵੀ ਤਿਆਰ ਹੋ ਜੇ ਤਾਂ ਕਿਆ ਬਾਤ ਆ ਨਗੀਨਾ ਵਣਨ ਨਗੀਨਾ ਨੇ ਜਮਾ ਤੇ ਪੂਰੀ ਸੋਹਣੀ ਸੁਨੱਖੀ ਚੰਗੀ ਸਮੀ ਬੜੀ ਵੈੜ ਆ ਗਈ ਪੰਜਵੇਂ ਮਾਚੀ ਇੱਕ ਤਰ੍ਹਾਂ ਦੀ ਬਈ 6ਵੇਂ ਨੰਬਰ ਤੇ ਜਰਸੀ ਦੇ ਅੰਗ ਦੇ ਵਿੱਚ ਹਾਂਜੀ ਮੇਰੇ 6ਵਾਂ ਨੰਬਰ ਹੈ ਜਰਸੀ ਕ੍ਰੋਸ ਵਾਲੀ ਇਹਦਾ ਮੁੱਲ ਤੇ ਦੇਣ ਲੈਣ ਜਾਗੀ ਆ ਦੇਣ ਲੈਣ ਬਈ ਦੇ ਦਾਂਗੇ 83000 ਜਿਸ ਤੇ ਗੁਜੈਸ ਹੋ ਗੁਜੈਸ ਬਈ ਮਾੜਾ ਮੋਟਾ ਜੀ ਪਤਾ ਕੀ ਬਈ ਬਹੁਤ ਜ਼ਿਆਦਾ ਜਾਨਵਰ ਚੰਗਾ ਮੱਝਾ ਬਈ ਇੱਕ ਤਰ੍ਹਾਂ ਦੀ ਜਿੱਦਾਂ ਆਪਾਂ ਮੱਝ ਕਿੰਨੇ ਲੇਵਾ ਲੂਗਾ ਦੇਖੋ ਕਿੰਨੇ ਚੌੜੇ ਲੇਵੇ ਦੀ ਵੱਛੀ ਆ ਸਵੇਰ 30 ਤੋਂ ਪਾਰ ਤੇ ਨੇ ਪੋਲੇ ਹੱਥ ਨਾਲ ਆਰਾਮ ਨਾਲ ਪਾ ਦੇਣਾਗਾ 30 ਕਿਲੋ ਦਿੱਤਾ ਹੋਇਆ ਬਾਈ ਚਲੋ ਅਗਲਾ ਆਪਣੇ ਹਿਸਾਬ ਨਾਲ ਮੰਨ ਕੇ ਗਰਮੀ ਦੇ ਵਿੱਚ ਵੀ ਜੇਕਰ ਆਪਾਂ ਗੈਸ ਕਰੀਏ ਥਣ ਹਵਾਨਾ ਪੂਰਾ ਸੋਹਣਾ ਜਿਵੇਂ ਮੱਝਾਂ ਵਰਗਾ ਥਣ ਹਵਾਨਾ ਦੂਸਰਾ ਸੂਆ ਸੁੰਦੀ ਪਈ ਆ ਹਾਂਜੀ ਵੀਰੇ ਕਿ 7ਵੇਂ ਨੰਬਰ ਬਾਰੇ ਗੱਲ ਕਰੀਏ ਆਪਾਂ ਜੀ ਇਹ ਬਾਈ ਜੀ ਆਪਾਂ ਨੇ ਬੱਚੀਆਂ ਲਈਆਂ ਨੇ ਫਾਰਮ ਚੋਂ ਸਾਰਾ ਇਕੱਠੇ ਮਹਿਕਮਾ ਹੈ ਇਹ ਮੰਨ ਕੇ ਚੱਲ ਪੋ ਇੱਕ ਤਾਂ ਸੂਈ ਹੋਈ ਠੀਕ ਹੈ ਤੇ ਦੂਸਰੀ 3 ਤੇ ਉਹ 4 ਤੇ ਇੱਕ ਛੋਟੀ ਬੱਚੀ 5 ਇੱਕੋ ਥਾਂ ਤੋਂ ਆਈਆਂ ਹਾਂ ਇੱਕੇ ਫਾਰਮ ਚੋਂ ਹੁਣ 7ਵੇਂ ਨੰਬਰ ਵਾਲੀ ਇਹਦੀ ਕੀ ਡਿਟੇਲ ਆ ਇਹ ਬਾਈ ਪਲੂਣਾ 2 ਦੰਦ ਤੇ ਦੋਂਦੀਆਂ ਬੱਚੀਆਂ ਨੇ ਬਾਈ ਇਹ ਤੇ ਕਿੰਨੇ ਦਿਨ ਕੱਢਦੀ ਪਈ ਹਲੇ ਇਹਦੇ 15 ਦਿਨ ਬਾਕੀ ਨੇ ਬਾਈ ਤੇ ਰਿਕਾਰਡ ਵਗੈਰਾ ਇਹਦਾ ਮਤਲਬ ਰਿਕਾਰਡ ਬਾਈ ਮੰਨ ਕੇ ਜਿਹੜੇ ਵਧੀਆ ਮੰਨ ਕੇ ਕਹਿਣ ਦਾ ਮਤਲਬ ਇਹ ਆ ਵੀ ਵਧੀਆ ਫਾਰਮ ਦੀ ਆ ਪਲੂਣ ਬੱਚੀ ਪਾ ਦੂਗੀ 30 ਤੋਂ ਮੰਨ ਕੇ 35 ਦੇ ਵਿੱਚ ਵੱਧ ਤੁਸੀਂ ਦੇ ਦੋ ਪੂਰਾ 30 ਤੋਂ 35 ਆ ਬਾਬਾ ਆਰਾਮ ਤੇ ਮੁੱਲ ਇਹਦਾ ਮੁੱਲ ਇਹਦਾ ਬਈ 1,05,000 ਦੀ ਬੱਚੀ 1,05,000 ਸੁਭਰ 1,05,000 ਦੀ ਲੇਵਾ ਲੂਆ ਵੇਖੋ ਬਈ ਅੰਡਰ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਪਾ ਦੋ 30 ਤੋਂ ਪਾ ਦੋ ਤਾਂ ਹਾਂ ਬਈ ਆਰਾਮ ਨਾਲ 35 ਕਿਲੋ ਦੀ ਉਮੀਦ ਆ ਪੂਰੀ ਸੁਭਰ 35 ਕਿਲੋ ਦੀ ਉਮੀਦ ਆ ਬਰੀਡ ਕੁਆਲਿਟੀ ਦੀ ਦੇਖ ਕੇ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਸੋਹਣੀ ਸੁਨੱਖੀ ਚੱਕ ਕੇ ਇੱਕ ਤਾਂ ਐ ਹੁੰਦਾ ਵੀ ਕਹਿਣ ਦੀ ਗੱਲ ਹੁੰਦੀ ਚੋਗੀ ਆ ਠੀਕ ਹੈ ਉਹਦੀ ਗਰੰਟੀ ਆ ਸੁਭਰ 7ਵੇਂ ਨੰਬਰ ਤੇ ਗੱਬਣ ਵੈੜ ਚੰਗੀ ਬਰੀਡ ਵਾਲੀ ਫਾਰਮ ਵਾਲੀ ਥਣ ਬਹੁਤ ਚੰਗਾ ਕੰਮ ਦਾ ਸੋਹਣਾ ਲੱਗਿਆ ਹੋਇਆ ਹਾਂਜੀ ਵੀਰੇ 8ਵੇਂ ਨੰਬਰ ਜਿਹੜੀ ਇਹ ਬੱਚੀ ਹੈ ਜੀ ਇਹ ਬੱਚੀ ਬਾਈ ਜੀ ਡੈਨਮਾਰਕ ਦੇ ਸਿਮਨ ਦੀ ਹੈ ਆਪ ਠੀਕ ਹੈ ਤੇ ਮੰਨ ਕੇ ਵੀ ਇਹਦਾ 1 ਮਹੀਨਾ 15 ਦਿਨ ਬਾਕੀ ਨੈਟ ਸੂਣ ਚ ਹਾਂਜੀ 2 ਦੰਦ ਆ ਗਈ ਠੀਕ ਹੈ ਮੰਨ ਕੇ ਬਹੁਤ ਵਧੀਆ ਫਾਰਮ ਹੈ ਜਿੱਦਾਂ ਵੀਰ ਕੋਈ ਆਪਣੀ ਲਈ ਤਿਆਰ ਕਰਨ ਨੂੰ ਕਹਿੰਦਾ ਹੁੰਦਾ ਨਾ ਵੀ ਆਪਾਂ ਆਪ ਤਿਆਰ ਕਰ ਲਈਏ ਜਿੱਦਾਂ ਹੁਣ ਇਹ ਬੱਚੇ ਇਸ ਦਿਨ ਤਿਆਰ ਹੋ ਗਈ ਉਦੋਂ ਘੱਟੋ ਘੱਟ ਅਗਲਾ 1,00,000 ਤੋਂ ਪਲੱਸ ਲਊਗਾ ਇਹਨੂੰ ਹੁਣ ਦਾ ਰੇਟ ਕੀ ਹੈ ਹੁਣ ਆਪਾਂ ਇਹ 65000 ਦੇ ਦੇਵਾਂਗੇ ਬਾਈ ਸਿਰ 65000 ਦੀ ਅੰਡਰ ਆਰਡਰ ਕੁਆਲਿਟੀ ਬਹੁਤ ਵਧੀਆ 8ਵੇਂ ਨੰਬਰ ਦੇ 1 15 ਦੇ ਸੂਣ ਚ ਪੈਂਡਿੰਗ 1 ਮਹੀਨਾ 15 ਦਿਨ ਬਾਕੀ ਹੈ ਜੀ 15 ਦਿਨ ਬਾਕੀ 65000 ਦੀ 2 ਦੰਦ ਮੂੰਹ 1.5 ਮਹੀਨਾ ਲੈ ਜੂ ਬਾਈ ਤਕਰੀਬਨ ਪਹਿਲੋਂ ਅਗਲਾ ਕਹਿੰਦਾ ਲੰਬਾ ਜਾਂ ਦੇ ਦਿੰਦਾ ਅਗਲਾ ਕਹਿੰਦਾ ਤੁਸੀਂ ਮਹੀਨਾ ਕਹਤਾ 1.5 ਮਹੀਨਾ ਨਾਰਮਲ ਲੈ ਜੂ ਮਤਲਬ 5-7 ਦਿਨ ਇਹ ਦੁੱਧ ਰਿਹਾ 5-7 ਦਿਨ ਹਾਂ ਬਾਈ ਤੇ ਅੱਗੇ ਗੱਲ ਕਰੀਏ ਪੈਂਡ ਦੇ 9ਵਾਂ ਨੰਬਰ ਜੀ ਇਹ ਬਾਈ ਜੀ ਇਹ ਵੀ 2 ਦੰਦ ਬੱਚੀ ਆ ਪਲੂਣ ਮੰਨ ਕੇ ਇਹਦੀ ਉਮੀਦ ਆ ਜਿਹੜੀ ਇਹਦੇ ਰਹਿੰਦੇ ਨੇ 23-24 ਦਿਨ ਰਹਿੰਦੇ ਹਲੇ 23-24 ਦਿਨ 2 ਦੰਦ ਹੀ ਇਹ ਹੈ ਦੋਂਦੀ ਜੀ ਦੋਂਦੀ ਤੇ ਇਹਦਾ ਡਿਮਾਂਡ ਆ ਕੀ ਇਹਦੀ ਡਿਮਾਂਡ ਬਾਈ ਇਹ ਦੇ ਦਾਂਗੇ ਆਪਾਂ 73000 ਪਰ ਜਿੱਦਣ ਬੱਚੀ ਤਿਆਰ ਹੋ ਗਈ 1,00,000 ਰੁਪਏ ਤੋਂ ਬਾਹਰ ਵਾਲੀ ਆ ਚਲੋ ਆਪਾਂ ਤਾਂ ਦੇਖ ਲਿਆ ਕੇ ਜਾਨਵਰ ਸੇਲ ਕਰਨੀ ਹੁੰਦੇ ਨੇ ਹਨਾ ਕਪੈਸਿਟੀ ਇਹਦੀ ਵੀ ਆਪਾਂ ਕਿੰਨੀਆਂ ਕੁ ਰੱਖ ਲਾਂਗੇ 30 ਕਿਲੋ ਤੋਂ ਵੱਧ ਦੁੱਧ ਦੇਊ ਵੀਰੇ ਬਹੁਤ ਦੇਖ ਇਧਰੋਂ ਦੇਖੋ ਕਿੱਥੋਂ ਬੰਤਰ ਸਟਾਰਟ ਹੁੰਦੇ ਆ ਸੋ 30 ਤੋਂ ਵੱਧ ਦੁੱਧ ਦੇਨੇ ਵੀ ਪਾ ਦੇਣਾ ਬੱਚੀ ਵੀਰੇ ਆਪਾਂ ਉਦੋਂ ਵੇਚੀ ਸੀ 1,05,000 ਵਾਲੀ ਮੰਨ ਕੇ ਉਹਦੀ ਡਿਟੋ ਕਾਪੀ ਆ ਉਹ ਬਹੁਤ ਬਾਈਆਂ ਦੇ ਫੋਨ ਆਏ ਸੀ ਮੈਨੂੰ ਸੋ ਥਣ ਵਗੈਰਾ ਦੇਖ ਸਕਦੇ ਹੋ ਕੱਚੀ ਆ ਕੁਝ ਕੁ ਦਿਨ ਸੂਟ ਬਾਕੀ ਆ ਅੱਗੇ ਵੀ ਦੇਖੋ ਬਹੁਤ ਸੋਹਣਾ ਟੈਲ ਵਗੈਰਾ ਬਹੁਤ ਵਧੀਆ ਆਰਡਰ ਦੇ ਵਿੱਚ ਸੋ ਵੀਰੇ ਸੀ ਕਿ 9ਵੇਂ ਨੰਬਰ ਤੇ ਗੱਬਣ 2 ਦੰਦ ਮੂੰਹੋਂ ਫੁੱਲ ਬਰੀਡ ਦੇ ਵਿੱਚ ਆ ਤੇ ਅੱਗੇ ਹਿਫਰ ਆ ਗਈ 10ਵੇਂ ਨੰਬਰ ਤੇ ਜੀ ਇਹਦਾ ਪਹਿਲਾਂ ਥਣ ਦਿਖਾ ਦਿਆ ਆਪਾਂ ਕਰੇ ਮਾੜੀ ਵਾਰੀ ਪੂਰੇ ਸਿਰ ਥਣ ਚਾਰ ਸੀ ਇਹ ਥਣਾ ਜ਼ਰੂਰ ਹੱਕ ਬਣਦਾ ਦਿਖਾਉਣ ਦਾ ਆਪਣਾ ਕੀ ਸਾਖ ਵਗੈਰਾ ਹੁੰਦੀ ਆ ਤੇ ਏਜ ਕਿੰਨੀ ਹੈ ਜੀ ਇਹ ਬਾਈ ਹੋ ਗਈ 8 ਕਿ ਮਹੀਨੇ ਦੀ 8 ਕਿ ਮਹੀਨੇ ਦੀ ਡਿਮਾਂਡ ਲੈਣ ਦੇਣ ਜਾ ਲੈਣ ਦੇਣ ਬਾਈ ਇਹ ਦੇ ਦਾਂਗੇ ਆਪਾਂ 15000 ਜਸ ਨੂੰ ਗੁਜੈਸ ਹੋ ਜੂ ਬਸ ਦੇਣ ਲੈਣੇ ਬਾਈ ਤੈਨੂੰ ਪਤਾ ਜਿਹਦੇ ਫਾਰਮ ਦੇ 20-25000 ਦਾ ਖਾਇਆ ਜੀ ਉਹਦਾ ਠੀਕ ਹੈ ਬਾਕੀ ਸਹੀ ਗੱਲ ਆ ਤੇ ਆਪਾਂ ਨੰਬਰ ਇੱਕ ਵਾਰੀ ਫੇਰ
डिस्ट्रिक्ट संगरूर दस नग फॉर सेल आ। जर्सी लेनी है जर्सी वाला कॉल करे, गरलैंडो लेनी है गरलैंडो वाला भीर कॉल करे, एयर शहर वाला ए टू जैड हर तरह का एनीमल भीर को अवेलेबल आ। सो बने रहे अपने यूट्यूब चैनल ढिलो डेयरी फार्म बरनला के नाल, वीडियो देखने सब का तहे दिल तो धन्यवाद। जल्द मिल जाए किसी नवी होर वीडियो के नाल।